ਮੈਨੂੰ ਨਹੀਂ ਮਿਲਿਆ ਤੇ ਮੇਰੇ ਬ੍ਰਦਰ ਨੂੰ ਮਿਲਿਆ ਤੇ ਮੈਂ ਸਭ ਤੋਂ ਛੋਟਾ ਬੱਚਾ ਫੈਮਲੀ ਦਾ ਤੇ ਉਸ ਤੋਂ ਪਹਿਲਾਂ ਮੇਰੀ ਇੱਕ ਸਿਸਟਰ ਸੀਗੇ ਉਹਨਾਂ ਦੀ ਡੈਥ ਹੋ ਗਈ ਸੀ ਇੱਕ ਬ੍ਰਦਰ ਉਹਨਾਂ ਦੀ ਡੈਥ ਹੋ ਗਈ ਸੀ ਤੇ ਫੇਰ ਸਭ ਤੋਂ ਛੋਟਾ ਮੈਂ ਸੀ ਤੇ ਮੈਂ ਮੈਨੂੰ ਦੱਸਦੇ ਆ ਕਿ ਜਿਸ ਦਿਨ ਮੈਂ ਪੈਦਾ ਹੋਇਆ ਸੀਗਾ ਮੇਰੇ ਮਦਰ ਮੇਰੇ ਪੂਆ ਜੀ ਸਾਰੇ ਰੋਂਦੇ ਸੀਗੇ ਕਿ ਕੋਈ ਖੁਸ਼ੀ ਕਰਨ ਵਾਲਾ ਨਹੀਂ ਆ ਜਾਂ ਚਾਹ ਕਰਨ ਵਾਲਾ ਕਿਉਂਕਿ ਹਲੇ ਫਾਦਰ ਦੀ ਡੈਥ ਹੋ ਕੇ ਠੀਏ ਥੋੜਾ ਟਾਈਮ ਪਹਿਲਾਂ ਤਾਂ ਉਦਾਂ ਦਾ ਮਾਹੌਲ ਸੀਗਾ ਤੇ ਬਟ ਮੇਰੇ ਮਦਰ ਨੇ ਸਾਨੂੰ ਸਿੱਖਿਆ ਬਹੁਤ ਵਧੀਆ ਦਿੱਤੀ। ਉਹਨਾਂ ਨੇ ਇਹ ਆਲਵੇਜ਼ ਕਿ ਕਹਿੰਦੇ ਰਹਿੰਦੇ ਸੀ ਕਿ ਤੈਨੂੰ ਕਿਤੇ ਸੋਨੇ ਦੀ ਚੀਜ਼ ਵੀ ਮਿਲ ਜੇ ਤਾਂ ਚੱਕਣੀ ਨਹੀਂ ਵਾਪਸ ਕਰਕੇ ਆਉਣੀ ਆ। ਨਸ਼ੇ ਬੱਤੇ ਤੋਂ ਦੂਰ ਰਹਿਣਾ ਤੇ ਫੇਰ ਕਿਸੇ ਤੋਂ ਈਰਖਾ ਨਹੀਂ ਕਰਨੀ। ਹੂੰ। ਤੇ ਸ਼ੁਰੂ ਤੋਂ ਜੋ ਬਾਰ-ਬਾਰ ਗੱਲ ਦਿਮਾਗ ਦੇ ਵਿੱਚੋਂ ਭਰਦੇ ਸੀ ਕਿਸੇ ਤੋਂ ਸਾੜਾ ਨਹੀਂ ਕਰਨਾ। ਹੂੰ। ਔਰ ਮੈਂ ਸੀਰੀਅਸਲੀ ਗੱਲ ਕਹਿੰਨਾ ਮੈਨੂੰ ਕਦੇ ਕਿਸੇ ਤੋਂ ਸਾੜਾ ਨਹੀਂ ਆਇਆ। ਹੂੰ। ਕਦੇ ਇਦਾਂ ਨਹੀਂ ਹੋਇਆ ਕਿ ਈਰਖਾਈ ਹੋਵੇ ਜਾਂ ਕਿਸੇ ਤੋਂ ਲੋਕਾਂ ਨੇ ਮੇਰੇ ਨਾਲ ਕੀਤੀ ਹੋਵੇ ਤਾਂ ਮੈਨੂੰ ਪਤਾ ਨਹੀਂ ਐ। ਤਾਂ ਕਦੇ ਕਿਸੇ ਤੋਂ ਸਾੜਾ ਨਹੀਂ ਆਇਆ। ਇਹ ਚੀਜ਼ ਤੋਂ ਬਚੇ ਹੋਇਆ ਕਿਉਂਕਿ ਜੋ ਤੁਸੀਂ ਬੱਚੇ ਦੇ ਦਿਮਾਗ 'ਚ ਆਪਣੇ ਦੇ ਫੀਡ